ਕਾਂਦਲਾ ਮੰਡੀ ਦਾ ਔਰ ਤਾਂਦਲਾ ਮੰਡੀ ਦੇ ਵਿੱਚ ਅਸੀਂ ਤੁਹਾਨੂੰ ਅੱਜ ਜਾਨਵਰ ਦਿਖਾ ਰਹੇ ਹਾਂ ਜੀ। ਮਾਸ਼ਾਅੱਲਾ ਤਾਲਾ ਸਸਤੇ ਸਸਤੇ ਜਾਨਵਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਕਿੰਨੇ ਪੈਸੇ ਯਾਰ, ਕੀ ਨਾਂ ਹੈ ਤੇਰਾ? ਕਾਸ਼ਫ। ਕਾਸ਼ਫ ਕਿੰਨੀ ਉਮਰ ਇਹਦੀ? ਇੱਕ ਸਾਲ ਤਿੰਨ ਮਹੀਨੇ। 13 ਮਹੀਨੇ। ਅਤੇ ਕਿਹੜੇ ਪਿੰਡ 'ਚੋਂ ਆਇਆ? ਅਤੇ ਇਹਦੇ ਕਿੰਨੇ ਪੈਸੇ ਮੰਗਣਾ? 1.5 ਲੱਖ। ਹਾਲੇ ਬਹਿੰਦੇ ਬੂੰਦੇ 'ਚ ਕੋਣੀ? ਹਾਲੇ ਉੱਤੇ ਬਹਿੰਦੇ ਬੂੰਦੇ 'ਚ ਕੋਣੀ? ਕੋਣੀ ਨੰਬਰ ਦੱਸ ਆਪਦਾ। ਹਾਂ, 53811। ਲਓ ਜੀ ਮਛੇਰਾ ਤੁਸੀਂ ਵੇਖੋ। ਵੇਖੋ ਬੰਦੇ ਬੁੰਦੇ ਵੀ ਲੈਣ ਵਾਲੇ ਹੈਗੇ ਨੇ, ਬਾਬਾ ਇਕੱਲਾ ਹੀ ਭਜਿਆ ਫਿਰਦਾ। ਲਓ ਜਨਾਬ, ਉਸ ਤੋਂ ਬਾਅਦ ਜੀ ਅੱਗੇ ਤੁਹਾਨੂੰ ਹੋਰ ਮਛੇਰਾ ਤੁਹਾਨੂੰ ਦਿਖਾਉਣ। ਆਵੇ ਬਾਬਾ ਘੋੜੀ ਲੈਣ ਆਇਆ ਇੱਧਰ, ਤੂੰ ਤਾਂ ਹੋ ਜਾ ਬਾਬੇ ਨੂੰ ਤਾਂ ਮੈਨੂੰ ਵੇਖ ਲੈਣ ਦੇ। ਤੇਰਾ ਨਾਂ ਕੀ ਹੈ? ਉਹ ਪਹਿਲਾਂ ਤੂੰ ਤਾਂ ਦੱਸ ਤੇਰਾ ਨਾਂ ਕੀ ਹੈ? ਮਾਸ਼ਾਅੱਲਾ, ਹੁਣ ਤੂੰ ਦੱਸ ਬਈ। ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ ਕਿੰਨੀ ਉਮਰ ਇਹਦੀ? ਹੈ, ਦੱਸ ਦੇਗਾ ਦੱਸ ਦੇਗਾ। 7 ਸਾਲ। 7 ਸਾਲ। ਪੈਸੇ ਕਿੰਨੇ? ਹੈ, 1 ਲੱਖ ਰੁਪਈਆ। ਨੰਬਰ ਦੱਸ ਆਪਦਾ। 0302 97744761। ਅਤੇ ਪਿੰਡ ਕਿਹੜਾ ਆਪਣਾ? ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਲਓ ਜੀ 1 ਲੱਖ ਰੁਪਈਆ ਮੰਗਦਾ ਜੀ। ਹੁਣ ਤੁਹਾਨੂੰ ਅਸੀਂ ਘੋੜੀ ਤੁਹਾਨੂੰ ਦਿਖਾ ਦਿੰਦਾ। 1 ਲੱਖ ਰੁਪਈਆ। ਲਓ ਜੀ 1 ਲੱਖ ਰੁਪਈਆ ਜਨਾਬ ਮੰਗਦਾ ਜੇ ਘੋੜੀ ਦਾ। ਅਤੇ ਲਓ ਜਨਾਬ ਮਾਸ਼ਾਅੱਲਾ ਤਾਲਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਹਾਂ ਜਨਾਬ ਤਾਂਦਲਾ ਮੰਡੀ ਦਾ। ਔਰ ਤਾਂਦਲਾ ਮੰਡੀ ਦੇ ਵਿੱਚ ਮਾਸ਼ਾਅੱਲਾ ਵੇਖੋ ਸ਼ੌਕੀਨ ਹਜ਼ਰਾਤ ਜਿਹੜੇ ਮਾਸ਼ਾਅੱਲਾ ਰੌਣਕਾਂ ਮੰਡੀ ਦੀਆਂ ਫਿਰ ਬਹਾਲ ਹੋ ਗਈਆਂ ਜੇ, ਅਤੇ ਸ਼ੌਕ ਇਨਸ਼ਾਅੱਲਾ ਫਿਰ ਆਬਾਦ ਹੋ ਗਏ ਨੇ ਅੱਲਾ ਦੇ ਹੁਕਮ ਨਾਲ। ਅਤੇ ਲਓ ਜਨਾਬ ਅੱਗੇ ਚੱਲਦੇ ਹਾਂ ਅਤੇ ਤੁਹਾਨੂੰ ਹੋਰ ਜਾਨਵਰ ਜਨਾਬ ਵਿਖਾਉਂਦੇ ਹਾਂ। ਇੱਧਰ ਜ਼ਰਾ ਪਾਣੀ ਹੈ, ਜ਼ਰਾ ਉੱਤੋਂ ਨਹੀਂ ਜਾਣਾ। ਲਓ ਜਨਾਬ ਮਾਸ਼ਾਅੱਲਾ ਇੱਕ ਹੋਰ ਜਨਾਬ ਮੁਸ਼ਕਲ ਘੋੜੀ ਜੀ। ਅਸਲਾਮ ਅਲੈਕੁਮ ਜੀ। ਵੀਰ ਜੀ ਕੀ ਨਾਂ ਆਪਣਾ? ਫਾਜ਼ਲ। ਮੁਹੰਮਦ ਫਾਜ਼ਲ। ਫਾਜ਼ਲ ਇਹਦੀ ਉਮਰ ਕਿੰਨੀ ਘੋੜੀ ਦੀ? ਹਾਂ, ਉਹ ਤਾਂ ਮੈਨੂੰ ਵੀ ਪਤਾ, ਉਮਰ ਦੱਸ। ਹਾਂ ਉਮਰ ਤਾਂ ਦੱਸ। ਬੰਦਾ ਵੇਖ ਕੇ ਦੱਸੇਗਾ। ਹਾਂ, 5 ਲੱਗੀ ਹੈ। ਅਤੇ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ? ਪਠਾਣਾ ਕੋਲ ਹੁਣ ਲਈ ਜੇ? ਅੱਛਾ, ਵੇਚਣੀ ਜੇ ਹੁਣ? ਵੇਚਣੀ ਜੇ? ਅੱਛਾ ਅੱਛਾ, ਨਹੀਂ ਨਹੀਂ ਵੇਚਣੀ ਕਿਉਂ? ਤਾਂ ਅੱਲਾ ਨਸੀਬ ਕਰੇ। ਹਾਂ, ਐਵੇਂ ਵੇਚਣੀ ਹੈ? ਚੰਗਾ, ਪਠਾਣਾ ਤੋਂ ਲਈਏ। ਪਠਾਣਾ ਤੋਂ ਕਿੰਨੇ ਦੀ ਲਈਏ? ਕਿੰਨੇ ਦੀ ਲਈਏ? 60,000। ਲਓ ਜੀ 60,000 ਰੁਪਈਆ ਦੀ ਘੋੜੀ ਜਨਾਬ ਲਈ ਜੇ ਪਠਾਣਾ ਕੋਲੋਂ। ਅਤੇ ਲਓ ਜਨਾਬ ਅੱਗੇ ਹੋਰ ਚੱਲਦੇ ਹਾਂ ਜਨਾਬ। ਅਤੇ ਬੰਦਾ ਇਹ ਚਨੇ ਚੁਨੇ ਕੀ ਪਾਣੇ ਚਨੇ ਯਾਰ? ਲਓ ਜੀ ਇਹ ਤਾਂਦਲੇ ਮੰਡੀ ਦੇ ਵਿੱਚ ਚਨੇ ਵਾਲਾ ਵੀ ਆ ਗਿਆ ਜੀ। ਚਨੇ ਚੁਣੇ ਖਾਣੇ ਹੋਣ ਤਾਂ ਤੁਸੀਂ ਖਾ ਸਕਦੇ ਜੇ, ਅਤੇ ਮੈਂ ਤਾਂ ਖਾਣ ਲੱਗਿਆ ਜੀ ਚਨੇ ਚੁਣੇ, ਤੁਸੀਂ ਵੀ ਖਾ ਲਿਆ ਜੇ। ਲੈ ਵੀ ਚਨੇ ਵਾਲਿਆ, ਉਹ ਚਨੇ ਵਾਲਿਆ। ਲਓ ਜੀ ਚਨੇ ਖਾਓ। ਲਓ ਜਨਾਬ ਚਨੇ ਮੈਂ ਲੈ ਲਿਆ ਜੇ। ਕੀ ਨਾਂ ਤੇਰਾ? ਕੀ ਹੈ? ਰਿਆਜ਼। ਅਤੇ ਕਿਹੜੇ ਇਲਾਕੇ ਦਾ? ਤਾਂਦਲੇ ਦਾ। ਲਓ ਜੀ ਆ ਚਨੇ ਚੁਨੇ ਜੇ ਮੰਡੀ ਦੇ ਵਿੱਚ ਆਵੋ ਅਤੇ ਰਿਆਜ਼ ਕੋਲੋਂ ਚਨੇ ਚੁਨੇ ਵੀ ਤੁਸੀਂ ਖਾਇਆ ਜੇ। ਲਓ ਜਨਾਬ ਮਾਸ਼ਾਅੱਲਾ ਅੱਗੇ ਚੱਲਦੇ ਜੀ। ਹੁਣ ਜ਼ਰਾ ਪਠਾਣਾ ਕੋਲ ਚੱਲੀਏ ਜ਼ਰਾ। ਇਹ ਪਠਾਣਾ ਦੇ ਜਾਨਵਰ ਜਨਾਬ ਆਏ ਹੋਏ ਜੇ ਇੱਥੇ, ਆ ਵੇਖੋ ਮਾਸ਼ਾਅੱਲਾ। ਲਓ ਜਨਾਬ ਇਹ ਵੇਖੋ ਹੋਟਲ ਹੋਟਲ ਵੀ ਲੱਗੇ ਹੋਏ ਜੇ। ਅਗਰ ਖਾਣਾ 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 ਚਾਹੁੰਦੇ ਹੋ ਤਾਂ ਜਨਾਬ ਤੁਸੀਂ ਖਾਣਾ ਖੁਣਾ ਵੀ ਖਾ ਖੂ ਸਕਦੇ ਜੇ। ਅਤੇ ਇਹਦਾ ਪਠਾਣ ਨਾਲ ਉਦਰਾ ਗੱਲਬਾਤ ਕਰ ਰਿਹਾ ਜਨਾਬ। ਅਤੇ ਮਾਸ਼ਾਅੱਲਾ ਤਾਲਾ ਕੀਮਤਾਂ ਕੁਮਤਾਂ ਵੀ ਅਸੀਂ ਤੁਹਾਨੂੰ ਦੱਸਦੇ ਹਾਂ। ਅਸਲਾਮ ਅਲੈਕੁਮ ਖਾਨ ਭਾਈ। ਖਾਨ ਭਾਈ ਕਿੰਨੇ ਕਾ ਹੀ ਹੈ ਯਾਰ? ਤੂੰ ਦੱਸ, ਮੈਨੂੰ ਪਤਾ ਹੈ ਤੇਰਾ। ਚਲੋ ਮੈਂ ਪੰਜਾਬੀ ਉਹ, ਚਲੋ ਪੰਜਾਬੀ ਸਾਹਿਬ ਤੁਸੀਂ ਦੱਸ ਦਿਓ ਕਿੰਨੀ ਕੀਮਤ ਜੇ।
ਕਿੰਨੇ ਪੈਸੇ ਯਾਰ ਮੇਰੇ ਨਹੀਂ ਹਾਂ 65000 ਰੁਪਈਆ ਇਹਦਾ ਠੀਕ ਹੈ ਲਓ ਜੀ ਉਸ ਦਾ ਵੀ 65 ਲਓ ਜੀ ਇਹਦਾ 65000 ਰੁਪਈਆ ਹੈਗਾ ਜੇ ਤੇ ਵੈਸੇ 10 ਦਾ ਦੂਸਰਾ ਨਹੀਂ ਪਿਆ ਜੇ ਪਠਾਨ ਅੱਛਾ ਬਗਾਰੀ ਯਾਰ ਸਬਰ ਕਰਨਾ ਹੈ ਸਾਰਿਆਂ ਦੇ 65 ਸ਼ਾਬਾਸ਼ ਤੇਰਾ ਲਓ ਜੀ ਸੌਦਾ ਹੋ ਗਿਆ ਜੀ ਕਿਹੜੀ ਜਗ੍ਹਾ ਤੋਂ ਆਇਆ ਵੀਰ ਦਾ ਮਾਸ਼ਾਅੱਲਾ ਬੜਾ ਸਬਰ ਕੀਤਾ ਲਓ ਜੀ ਪੱਤੋ ਕੀ ਜੀ ਕੀ ਨਾਂ ਤੇਰਾ ਬਾਬਰ ਵੀਰ ਜੀ ਤੁਹਾਡਾ ਨਾਂ ਕੀ ਹੈ ਯਾਸੀਨ ਘੋੜਾ ਲਿਆ ਜੇ ਸੌਦਾ ਸੁਦਾ ਹੋ ਰਿਹਾ ਲਓ ਜੀ ਸੌਦਾ ਸੁਦਾ ਮਾਸ਼ਾਅੱਲਾ ਹੋ ਰਿਹਾ ਜੀ ਅਤੇ ਪੱਤੋ ਕੀ ਤੋਂ ਆਇਆ ਜੀ ਕਿਸ ਕੰਮ ਵਾਸਤੇ ਰੇੜੇ ਰੋੜੇ ਵਾਸਤੇ ਰੋਜ਼ੀ ਵਾਸਤੇ ਕੋਈ ਗੱਲ ਅਤੇ ਕਿਹੜਾ ਘੋੜਾ ਪਸੰਦ ਕੀਤਾ ਜੇ ਇੱਧਰੋਂ ਆ ਜੇ ਯਾਰ ਜ਼ਰਾ ਹੈ ਇਹ ਘੋੜਾ ਜੀ ਪਸੰਦ ਕੀਤਾ ਜੀ ਰੇੜੇ ਵਾਸਤੇ ਲਓ ਜਨਾਬ ਪੱਤੋ ਕੀ ਦੇ ਵਿੱਚੋਂ ਆਏ ਨੇ ਅਤੇ ਇਹ ਘੋੜਾ ਜੇ ਪਸੰਦ ਕੀਤਾ ਜੇ ਇਹ ਸਾਰੇ ਜਿਹੜੇ ਹਜ਼ਰਾਤ ਨੇ ਜਨਾਬ ਵਿਜ਼ਿਟ ਕਰ ਰਹੇ ਜੇ ਪੱਤੋ ਕੀ ਦਾ ਜਨਾਬ ਉਹ ਪਤਾ ਹੈ ਜਨਾਬ ਉਹਨਾਂ ਨੂੰ ਓਨਰ ਜਨਾਬ ਤੁਹਾਨੂੰ ਪਤਾ ਹੈ 10 ਬੰਦਿਆਂ ਦੇ ਵਿੱਚੋਂ ਓਨਰ ਕਿਹੜਾ ਤੁਸੀਂ ਦੱਸੋ ਹਾਂ ਪਤਾ ਲਓ ਜਨਾਬ ਸੌਦਾ ਮਾਸ਼ਾਅੱਲਾ ਹੋ ਰਿਹਾ ਜੇ ਇਹਨਾਂ ਨੇ ਖਰੀਦ ਲਿਆ ਜੀ ਘੋੜਾ ਜੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਜੇ ਅਤੇ ਮਾਸ਼ਾਅੱਲਾ ਤੁਸੀਂ ਵਿਜ਼ਿਟ ਕਰ ਸਕਦੇ ਜੇ ਅਗਰ ਇਹਨਾਂ ਕੋਲੋਂ ਪਠਾਣਾ ਕੋਲੋਂ ਅਗਰ ਕੋਈ ਤੁਸੀਂ ਜਾਨਵਰ ਲੈਣਾ ਚਾਹੁੰਦੇ ਹੋ ਅਤੇ ਜਨਾਬ ਜਾਨਵਰ ਲੈ ਸਕਦੇ ਜੇ ਅਤੇ ਇਹ ਵੀ ਘੋੜੀ ਮਾਸ਼ਾਅੱਲਾ ਫੋਰ ਸੇਲ ਹੈਗੀ ਜੇ ਇਹਦੇ ਪੈਸੇ ਦੱਸ ਦੇ 80000 ਰੁਪਏ ਚੱਲ ਨੰਬਰ ਵੀ ਦੱਸ ਦੇ ਫਿਰ ਨੰਬਰ 0344 ਆਪਦੇ ਦੱਸ 90-20 ਹਾਂ 112 ਲਿਆਕਤ ਖਾਨ ਲਓ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਜ਼ਿਆਦਾ ਚੈਨਲ ਜੀ ਅੱਲਾਹ ਹਾਫਿਜ਼।